ਚੋਰਾਂ ਵੱਲੋਂ ਅਕਸਰ ਹੀ ਵੱਖ-ਵੱਖ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਹੁਣ ਚੋਰ ਇੱਕ ਟਰੱਕ ਹੀ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਚੋਰ ਨਜ਼ਰ ਆਉਂਦੇ ਨੇ ਜੋ ਟਰੱਕ ਨੂੰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਹ ਟਰੱਕ ਇੱਕ ਦਾਣਾ ਮੰਡੀ ਦੇ ਬਾਹਰ ਖੜਾ ਸੀ ਅਤੇ ਚੋਰਾਂ ਵੱਲੋਂ ਇਸ ਟਰੱਕ ਨੂੰ ਚੋਰੀ ਕਰਨ ਤੋਂ ਬਾਅਦ ਜੀਪੀਐਸ ਸਿਸਟਮ ਵੀ ਹਟਾ ਦਿੱਤਾ ਗਿਆ ਜਿਸ ਕਾਰਨ ਇਸ ਟਰੱਕ ਨੂੰ ਲੱਭਣ ਦੇ ਵਿੱਚ ਹੁਣ ਟਰੱਕ ਮਾਲਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਠੇਕੇਦਾਰ ਰੋਸ਼ਨ ਲਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਸੁਲਤਾਨਪੁਰ ਲੋਧੀ 'ਚ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਹਲਕੇ ਦੇ ਵਿੱਚ ਰੋਜ਼ਾਨਾ ਹੀ ਹੋ ਰਹੀਆਂ ਚੋਰੀਆਂ ਚਿੰਤਾ ਦਾ ਵਿਸ਼ਾ ਬਣ ਗਈਆਂ ਨੇ ਜਿਸ ਨਾਲ ਵਪਾਰੀ ਵਰਗ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗਿਰੋਹ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਇਹ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ ਜਿੱਥੇ ਚੋਰ ਇਸ ਟਰੱਕ ਨੂੰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਮੇਰਾ ਨਾਮ ਰੋਸ਼ਨ ਲਾਲ ਐਂਡ ਕੰਪਨੀ ਮੇਰਾ ਪੂਰਾ ਐਡਰੈਸ ਹੈਗਾ ਠੇਕੇਦਾਰੀ ਦਾ ਕੰਮ ਕਰਦੇ ਹਾਂ ਸੋਲ ਪ੍ਰੋਪਰਾਈਟਰ ਰੋਸ਼ਨ ਲਾਲ ਹੈ ਜਿਸਦਾ ਕਿ ਮੇਰਾ ਟਰੱਕ ਨੰਬਰ PV08DG9703 ਜੋ ਕਿ ਬੀਤੀ ਰਾਤ ਤੋਂ ਪਤਾ ਲੱਗਾ ਸਵੇਰੇ ਉੱਠਦੇ ਹਾਂ ਕਰੀਬ 10-11 ਵਜੇ ਵੀ ਟਰੱਕ ਜਿਸ ਜਗ੍ਹਾ 'ਤੇ ਖੜਾ ਕੀਤਾ ਉਸ ਜਗ੍ਹਾ 'ਤੇ ਹੈ ਨੀਗਾ ਸਾਡਾ ਇਹ ਜੋ ਦਫ਼ਤਰ ਹੈ ਪੁਰਾਣੀ ਮੰਡੀ ਗੇਟ ਦੇ ਨਾਲ ਰੋਡ ਦੇ ਉੱਪਰ ਹੈਗਾ ਸਾਹਮਣੇ ਸਟੇਸ਼ਨ ਇੱਥੇ 24 ਘੰਟੇ ਆਵਾਜਾਈ ਹੈਗੀ ਹੈ ਅਤੇ ਕੈਮਰੇ ਲੱਗੇ ਹੋਏ ਹਨ ਅਤੇ ਇਸ ਟਰੱਕ ਦਾ ਚੋਰੀ ਹੋਣ ਦਾ ਪਤਾ ਲੱਗਾ ਵੀ ਚੋਰੀ ਹੋ ਗਿਆ ਇਹ ਲੈ ਗਏ ਹੈ ਕੋਈ ਰਾਤ ਦਾ ਕੋਈ ਕੈਮਰੇ 'ਚ ਅਸੀਂ ਥੋੜ੍ਹਾ ਬਹੁਤਾ ਪਤਾ ਕੀਤਾ ਪਤਾ ਕਰਦੇ ਕਰਦੇ ਹਰੀਕੇ ਪੁਲ ਤੱਕ ਇਹਦੀ ਜਿਹੜੀ ਹੈ ਇਹ ਹਰੀਕੇ ਨਹਿਰਾਂ ਤੱਕ ਜਿਹੜੀ ਇਹਦੀ GPS ਹੈਗੀ ਉਹਦੀ ਲੋਕੇਸ਼ਨ ਆਈ ਹੈ ਉੱਥੋਂ ਗਾਹ ਨਹੀਂ ਪਤਾ ਲੱਗ ਸਕਿਆ ਅਸੀਂ ਪੁਲਿਸ ਨੂੰ ਇਹ ਬੇਨਤੀ ਕੀਤੀ ਕਿ ਸਾਡਾ ਇਹਦੀ ਸਾਡੀ ਮਦਦ ਕੀਤੀ ਜਾਵੇ ਇਸ ਟਰੱਕ ਨੂੰ ਲੱਭਣ 'ਚ ਜੋ ਚੋਰੀ ਕੀਤਾ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਸਾਡਾ ਟਰੱਕ ਸਾਨੂੰ ਦਵਾਇਆ ਜਾਵੇ ਕਿੰਨੇ ਕੁ ਵਜੇ ਜਿਹੜਾ ਟਰੱਕ ਤੁਹਾਡਾ ਇਹ ਚੋਰੀ ਹੋਇਆ ਇਹ ਕਰੀਬ ਰਾਤ 2-2.5 ਵਜੇ ਦੀ ਹੈਗੀ ਜੋ ਕੈਮਰਿਆਂ 'ਚ ਆ ਰਿਹਾ 2:40-45 'ਤੇ ਅਤੇ ਅੱਜ ਜੋ ਸਾਨੂੰ ਪਤਾ ਲੱਗਿਆ ਕਰੀਬ 10-11 ਵਜੇ ਸਵੇਰੇ ਉਦੋਂ ਤੋਂ ਅਸੀਂ ਨੱਠਭੱਜ ਕਰਨੀ ਸ਼ੁਰੂ ਕੀਤੀ ਜੇ ਕਿਤੇ ਇੱਕ ਗੱਲਬਾਤ ਹੈ ਕਿ ਕਿਸੇ ਹੋਰ ਪਾਸੇ ਨਾ ਹੋਵੇ ਪਰੰਤੂ ਇਹਦਾ ਸਾਨੂੰ ਕੋਈ ਸਿੱਟਾ ਨਹੀਂ ਨਿਕਲਿਆ ਕੋਈ ਗੱਲ ਨਹੀਂ ਅਸੀਂ ਪੁਲਿਸ ਸਟੇਸ਼ਨ ਆਪਣੀ ਦਰਖਾਸਤ ਦੇ ਦਿੱਤੀ ਹਜੇ ਤੱਕ ਕੋਈ ਕਾਰਵਾਈ ਨਹੀਂ ਪੁਲਿਸ ਵੱਲੋਂ ਕੀਤੀ ਪਹਿਲਾਂ ਟਰੱਕ ਵੀ ਸੀ ਜਾਂ ਕੋਈ ਮਾਲ ਵੀ ਲੋਡ ਸੀ ਵਿੱਚ ਨਹੀਂ ਉਹ ਖਾਲੀ ਟਰੱਕ ਸੀ ਖਾਲੀ ਟਰੱਕ ਕਿੰਨੇ ਟਰਾਲੀ ਟਰੱਕ ਸੀ ਉਹ ਹਾਂਜੀ ਕਿੰਨੇ ਟਰਾਲੀ ਟਰੱਕ ਸੀ 6-13 ਕੰਟਰ ਟਰੱਕ ਮਖੂ ਵੀ ਗਏ ਆ ਮਖੂ ਤੋਂ ਜਾ ਕੇ ਗਾਂ ਉੱਥੋਂ ਤੱਕ ਸਾਨੂੰ ਪਤਾ ਲੱਗਿਆ ਹਰੀਕੇ ਨਹਿਰਾਂ ਤੱਕ ਉਸ ਤੋਂ ਗਾਂ ਨਹੀਂ ਪਤਾ ਲੱਗਿਆ ਮੈਂ ਰਜੇਸ਼ ਕੁਮਾਰ ਸੁਲਤਾਨਪੁਰ ਰੋਧੀ ਦਾ ਰਹਿਣ ਵਾਲਾ ਰੋਸ਼ਨ ਲਾਲ ਐਂਡ ਕੰਪਨੀ 'ਚ ਕੰਮ ਕਰਦਾ ਅਕਾਊਂਟੈਂਟ ਦਾ ਕੰਮ ਕਰਦਾ ਜੀ 15 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਜੀ ਅੱਜ ਤੱਕ ਕਦੇ ਵੀ ਸਾਡੀ ਕੋਈ ਚੀਜ਼ ਨਹੀਂ ਚੋਰੀ ਹੋਈ ਨਾ ਹੀ ਕਦੇ ਵਾਰਦਾਤ ਹੋਈ ਅੱਜ ਪਹਿਲੀ ਵਾਰ ਹੀ ਸਾਡੀ ਵਾਰਦਾਤ ਹੋਈ ਹੈ ਵੀ ਸਾਡਾ ਟਰੱਕ ਚੋਰੀ ਹੋਇਆ ਪੁਲਿਸ ਨੂੰ ਇੰਨੀਆਂ ਗੱਡੀਆਂ ਦਿੱਤੀਆਂ PCR ਨੂੰ ਇੰਨੇ ਮੋਟਰਸਾਈਕਲ ਦਿੱਤੇ ਆ ਮਗਰ ਉਸ ਟਾਈਮ ਦੇ ਵਿੱਚ ਕੋਈ ਵੀ PCR ਕੋਈ ਵੀ ਪੁਲਿਸ ਦੀ ਗੱਡੀ ਨਹੀਂ ਗੁਜਰੀ ਜੋ ਆਸਾ ਰੋਕ ਸਕਦੀ ਇਹ ਆਸਾ ਰੁਕ ਸਕਦਾ ਸੀ ਹਾਂਜੀ ਕੋਈ ਵੀ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਬਹੁਤ ਹੀ ਦੁਰਘਟਨਾਵਾਂ ਹੋ ਰਹੀਆਂ ਕੋਈ ਕਤਲ ਹੋ ਰਿਹਾ ਕੋਈ ਕੁਛ ਹੋ ਰਿਹਾ ਕੋਈ ਗੱਡੀਆਂ ਕੋਈ ਮੋਟਰਸਾਈਕਲ ਚੋਰੀ ਹੋ ਰਿਹਾ ਮਗਰ ਇਹ ਪਹਿਲੀ ਵਾਰ ਦੇਖਿਆ ਵੀ ਗੱਡੀਆਂ ਹੀ ਚੋਰੀ ਹੋ ਰਹੀਆਂ ਇੰਨੀਆਂ ਜੇ ਇਸ ਤਰ੍ਹਾਂ ਇਹਨੂੰ ਨੱਥ ਨਾ ਪਾਈ ਗਈ ਪੁਲਿਸ ਵੱਲੋਂ ਤੇ ਇਹ
ਐਡਾ ਵੱਡਾ ਵਿਸ਼ਾ ਬਣ ਜਾਏਗੀ ਨਾ, ਉਸ ਦੀ ਸਿਰਦਰਦੀ ਹੋ ਜਾਏਗੀ, ਇਹ ਸਿਰਦਰਦੀ ਐਡੀ ਵੱਡੀ ਹੋ ਜਾਏਗੀ ਕਿ ਪੁਲਿਸ ਨੂੰ ਇਹਦਾ ਜਵਾਬ ਦੇਣਾ ਭਾਰੀ ਹੋ ਜਾਏਗਾ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਵੀ ਸਾਡਾ ਟਰੱਕ ਜਲਦ ਤੋਂ ਜਲਦ ਲੱਭਿਆ ਜਾਵੇ ਤਾਂ ਜੋ ਚੋਰਾਂ ਨੂੰ ਨੱਥ ਪਾਈ ਜਾਵੇ, ਸਜ਼ਾ ਦਿੱਤੀ ਜਾਵੇ।